ਅਸੀਂ ਅਗਰ ਮੁਢਲੇ ਤੌਰ ਤੇ ਦੋ ਡਿਵੀਜ਼ਨ ਅਸੀਂ ਕਰਦੇ ਹੀ ਹੈ ਇੱਕ ਡਿਵੀਜ਼ਨ ਵਿੱਚ ਅਸੀਂ ਕਰਦੇ ਨੇ ਹਾਂ ਇੱਕ ਰਾਜ ਪ੍ਰਬੰਧ ਕਰਨ ਵਾਲਾ ਦੂਜੇ ਪਾਸੇ ਇੱਕ ਮਹਾਨ ਚੰਦਰ ਹੈ ਤੇ ਉਹਦੇ ਵਿੱਚ ਸਾਨੂੰ ਕੀ ਨਜ਼ਰ ਆਉਂਦਾ ਮਹਾਰਾਜਾ ਜੀ ਸਿੰਘ ਦੋਨੋਂ ਸ਼ਖਸੀਅਤ ਬੜਾ ਸੰਖੇਪ ਤੌਰ ਤੇ ਵਕਸਾਲ ਬਕਟਾ ਜਦੋਂ ਅਸੀਂ ਅਰਦਾਸ ਕਰਦੇ ਇਹਨਾਂ ਦਾਸ ਦੇ ਵਿੱਚ ਆਉਂਦਾ ਇਹ ਸਿੱਖਾਂ ਦਾ ਮਨ ਨੀਵਾ ਮਤ ਉਚੀ ਜੇ ਇਸ ਪੰਕਤੀ ਨੂੰ ਜੇ ਟੁਕਾ ਕੇ ਵੇਖਣਾ ਹੋਵੇ ਨਾ ਸ਼ੇਰੇ ਪੰਜਾਬ ਦਾ ਜੀਵਨ ਲੈ ਲਓ ਉਹ ਬਾਦਸ਼ਾਹ ਹੋਣ ਦੇ ਨਾਲ ਜਰਨੈਲ ਹੋਣ ਦੇ ਨਾਲ ਆਮ ਸਮਾਜ ਸੁਧਾਰਕ ਵੀ ਸੀ ਇੱਕ ਆਮ ਸੇਵਕ ਵੀ ਸੀ ਜੀ ਜਿਹਨੂੰ ਅੱਜ ਦੀ ਪਛਾਹ ਜੇ ਕਹ ਲਈ ਕਿ ਆਮ ਲੀਡਰ ਹੋਣ ਦੇ ਨਾਲ ਆਗੂ ਹੋਣ ਦੇ ਨਾਲ ਉਹ ਸਮਾਜ ਸੁਧਾਰਕ ਵੀ ਸੀ ਬੜੀ ਪਿਆਰੀ ਘਟਨਾਾਂ ਦੀ ਉਹਦੇ ਜੀਵਨ ਦੀ ਕਹਿੰਦੇ ਕਿ ਇੱਕ ਵਾਰ ਸ਼ੇਰੇ ਪੰਜਾਬ ਮਹਾਰਾਜ ਸਿੰਘ ਤੇ ਨੰਗ ਰਿਆ ਸੀ ਜਲੂਸ ਦੇ ਨਿਗਾ ਦੇ ਵਿੱਚੋਂ ਇੱਕ ਅੰਨੀ ਮਾਈ ਜਿਹਨੂੰ ਅੱਖਾਂ ਤੋਂ ਦੀਦਾ ਨਹੀਂ ਹੱਥ ਦੇ ਵਿੱਚ ਲੋਹੇ ਦਾ ਤਵਾ ਫੜ ਕੇ ਜਲੂਸ ਦੇ ਵਿੱਚ ਆਣ ਕੇ ਖੜੀ ਹੋ ਤੇ ਆਪਣੇ ਨਾਲ ਦੇ ਬੰਦਿਆਂ ਨੂੰ ਕਹਿੰਦੀ ਹੈ ਕਿ ਜਦੋਂ ਸ਼ੇਰੇ ਪੰਜਾਬ ਨੰਗੇ ਤੇ ਮੈਨੂੰ ਦੱਸਣਾ ਕਹਿੰਦੇ ਮਾਈ ਕੋਈ ਗੱਲ ਨਹੀਂ ਜਦੋਂ ਨੰਗੂਗਾ ਤੈਨੂੰ ਦੱਸ ਦਾਂਗੇ ਜਦੋਂ ਰਣਜੀਤ ਸਿੰਘ ਨੰਗਾ ਲੱਗਾਣਾ ਲੱਗੋ ਤੇ ਕਿਸੇ ਨੇ ਬੁੱਢੜੀ ਮਾਈ ਨੂੰ ਆਖਿਆ ਕਿ ਮਾਈ ਉਹ ਜਾਂਦਾ ਹੀ ਮਹਾਰਾਜਾ ਜੀ ਤੇ ਉਹਨੇ ਉੱਚੀ ਸਾਰੀ ਆਵਾਜ਼ ਮਾਰਦੀ ਵੇ ਪੁੱਤਰ ਰਣਜੀਤ ਸਿੰਘਾਂ ਜਦੋਂ ਇਹ ਆਵਾਜ਼ ਰਣਜੀਤ ਸਿੰਘ ਦੇ ਕੰਨੀਆਂ ਪੈਂਦੀ ਉਹਨੇ ਇੱਕਦਮ ਹਾਥੀ ਰੋਕਦਾ ਏ ਥੱਲੇ ਉਤਰਦਾ ਏ ਤੇ ਥੱਲੇ ਉਤਰ ਕੇ ਆਣ ਕੇ ਕਹਿੰਦਾ ਕਿ ਇਹ ਕਿੰਨੇ ਮੈਨੂੰ ਪੁੱਤਰ ਰਣਜੀਤ ਸਿੰਘਾਂ ਆਖਿਆ ਮੈਨੂੰ ਰਾਜਾ ਰਣਜੀਤ ਸਿੰਘਾਂ ਹਰ ਕੋਈ ਕਹਿੰਦਾ ਏ ਮਾਰਾ ਸ਼ੇਰੇ ਪੰਜਾਬ ਹਰ ਕੋਈ ਕਹਿੰਦਾ ਏ ਵੇ ਪੁੱਤਰ ਰঞ্জੀਤ ਸੈ ਕਿੰਨੇ ਕਹ ਪੁੱਤ ਨੇ ਬਾਜ ਮੈਨੂੰ ਕਿੰਨੇ ਕਰਕੇ ਮਾੜੀ ਬੜੇ ਚਿਰਾਂ ਬਾਅਦ ਸੁਣੀ ਆ ਮੈਂ ਤੇ ਉਹਨੂੰ ਪਤਾ ਲੱਗਾ ਕਿ ਇਹ ਮਾਈ ਨੇ ਮਾੜੀ ਮਾਈ ਨੇ ਪੁੱਛਦਾ ਮਾਂ ਕੀ ਗੱਲ ਐ ਕਹਿੰਦੀ ਮੈਨੂੰ ਤੇ ਆਪਣੇ ਨਾਲ ਤਵਾ ਘਸਾ ਲੈਂਦੇ ਲੋਹੇ ਦਾ ਕਹਿੰਦਾ ਮਾਂ ਉਹ ਕਿਉਂ ਕਹਿੰਦੇ ਮੈਂ ਸੁਣਿਆ ਕਿ ਤੂੰ 파ਰਸ ਹੈ ਤੇ 파ਰਸ ਨਾਲ ਜਿਹੜੀ ਲੋਹੇ ਦੀ ਚੀਜ਼ ਸ਼ੂ ਜਾਵੇ ਨਾ ਉਹ ਸੋਨਾ ਬਣ ਜਾਂਦੀ ਉੱਥੇ ਸ਼ੇਰੇ ਪੰਜਾਬ ਮਹਾਰਾਜ ਸਿੰਘ ਹੱਸ ਪਏ ਕਹਿੰਦੇ ਮਾਂ ਮੈਂ ਉਹ ਪੱਥਰ ਪਾਰਸ ਨਹੀਂ ਜਿਹਦੇ ਨਾਲ ਸ਼ੂ ਕੇ ਲੋਹਾ ਸੋਨਾ ਬਣ ਜਾਵੇ ਹਾਂ ਮੇਰੇ ਹੁਕਮ ਦੇ ਨਾਲ ਤੇਰਾ ਇਹ ਤਵਾ ਲੋਹੇ ਦਾ ਸੋਨੇ ਦਾ ਜਰੂਰ ਬਣ ਸਕਦਾ ਹੈ ਉੱਥੇ ਆਪਣੇ ਖਜ਼ਾਨਚੀ ਨੂੰ ਆਵਾਜ਼ ਮਾਰ ਕੇ ਕਹਿੰਦੇ ਨੇ ਖਜ਼ਾਨਚੀ ਜੀ ਇਸ ਤਵੇ ਦੇ ਬਰਾਬਰ ਇਸ ਤਵੇ ਦੇ ਬਦਲੇ ਇਹਨਾਂ ਨੂੰ ਸੋਨੇ ਦਾ ਜਿੰਨਾ ਬਣਦਾ ਹੈ ਉਹਨਾਂ ਯੋਗਦਾਨ ਦੇ ਦਿਓ ਤੇ ਜਦੋਂ ਖਜ਼ਾਨਚੀ ਉਹਦਾ ਤਵਾ ਫੜ ਕੇ ਤੋਲਦਾ ਹੈ ਨਾ ਤਵਾ ਫੜ ਕੇ ਲੈ ਕੇ ਜਾਣ ਲੱਗਦਾ ਹੈ ਉੱਥੇ ਫਿਰ ਕਹਿੰਦੀ ਵੇ ਪੁੱਤਰ ਰਣਜੀਤ ਸਿੰਘਾ ਮੈਨੂੰ ਇਹ ਤਵਾ ਵੀ ਮਿਲ ਜੇ ਮੈਂ ਰੋਟੀ ਖਾਣ ਤੋਂ ਵਾਝੀ ਨਾ ਚਲੀ ਜਾਵਾਂ ਤੇ ਮੈਨੂੰ ਇਹਦੇ ਬਦਲੇ ਕੁਝ ਹੋਰ ਵੀ ਮਿਲ ਜੇ। ਉੱਥੇ ਫਿਰ ਸ਼ੇਰੇ ਪੰਜਾਬ ਜੀ ਆਂਦੇ ਕਹਿੰਦੇ ਇਸ ਮਾਈ ਦਾ ਤਵਾ ਵੀ ਵਾਪਸ ਕਰ ਦਿਓ ਤੇ ਇਹਦੇ ਬਦਲੇ ਸੋਨਾ ਵੀ ਦੇ ਦਿਓ। ਸੋ ਤੁਸੀਂ ਇੱਥੋਂ ਅਦਾਜਾ ਲਾਓ ਕਿ ਸ਼ੇਰੇ ਪੰਜਾਬ ਮਹਾਰਾਜ ਰਣਜੀਤ ਸਿੰਘ ਜਿਹੜੇ ਲੋਕਾਂ ਦੇ ਰਸੋਈਆਂ ਚੁੱਲਿਆਂ ਦੇ ਤਵੇ ਵੀ ਸੋਨੇ ਦੇ ਬਰਾਬਰ ਕਰਨਾ ਜਾਣਦਾ ਹੋਵੇ। ਪਰ ਅੱਜ ਵੀ ਇੱਕ ਰਾਜਾ ਹੈ ਪੰਜਾਬ ਦਾ, ਉਹ ਵੀ ਪੰਜਾਬ ਦਾ ਸੀ। ਅੱਜ ਵੀ ਪੰਜਾਬ ਦਾ ਰਾਜਾ ਹੈ ਪਰ ਫਰਕ ਬੜਾ ਕੀ। ਅੱਜ ਪੰਜਾਬ ਦੇ ਰਾਜੇ ਨੇ ਤਵੇ ਵਕਾ ਦਿੱਤੇ। ਬਿਲਕੁਲ ਸਾਨੂੰ ਇਹੋ ਸੋਚਣੀ ਚਾਹੀਦੀ ਹੈ ਕਿ ਕਿਸ ਤਰ੍ਹਾਂ ਸਾਨੂੰ ਅ ਕਿਵੇਂ ਮਹਾਰਾਜਾ ਜੀ ਸਿੰਘ ਦੇ ਜੀਵਨ ਤੋਂ ਪ੍ਰੇਰਣਾ ਮਿਲਦੀ ਹੈ ਤੇ ਅਗਰ ਸਾਰੇ ਕੋਲ ਬਿਲਕੁਲ ਸੰਖੇਪ ਤੌਰ ਤੇ 1 ਮਿੰਟ ਹੀ ਹੈ ਜਿਸ ਵਿੱਚ ਜਿੱਕਰ ਅਸੀਂ ਗੱਲ ਕਰੀਏ ਅ ਜਰਨੈਲ ਦੀ ਗੱਲ ਕਰੀਏ ਕਿ ਤੁਸੀਂ ਕਿਹਾ ਕਿ ਇੱਕ ਤਰਫ ਉਹਨਾਂ ਨੇ ਜਿਹੜੇ ਰਾਹ ਸਾਰੇ ਬੰਦ ਕਰ ਦਿੱਤੇ ਦਸ਼ਮਨਾ ਦੇ ਤੇ ਇੱਕ ਰਾਹ ਇੱਕ ਜਰਨੈਲ ਦੇ ਤੌਰ ਤੇ ਅਸੀਂ ਕਿਵੇਂ ਦੇਖਦੇ ਹਾਂ ਮਹਾਰਾਜਾ ਜੀ ਸਿੰਘ ਨੂੰ ਸ਼ੇਰੇ ਪੰਜਾਬ ਮਹਾਰਾਜ ਸਿੰਘ ਨੂੰ ਜਰਨਲ ਦੇ ਤੌਰ ਤੇ ਜੇ ਅਸੀਂ ਵੇਖਣਾ ਹੋਵੇ ਤੇ ਇੱਕ ਮੈਂ ਘਟਨਾ ਹੋਰ ਸਾਂਝੀ ਕਰਦਾ ਘਟਨਾ ਦਾ ਵਕਤੀ ਪਰ ਆਪਸ ਵਿੱਚ ਸੰਖੇਪ ਦੇ ਵਿੱਚ ਕਰਾਂਗਾ ਸ਼ੇਰੇ ਪੰਜਾਬ ਮਹਾਰਾਜ ਸਿੰਘ ਦਾ ਰਾਜ ਹੈ ਤੇ ਉਸ ਵਕਤ ਇੱਕ ਤੰਬੂ ਲਾ ਕੇ ਬੈਠਾ ਹੋਇਆ ਸੀ ਵੇਖੋ ਜਰਨਲ ਦੇ ਤੌਰ ਤੇ ਉਹਦੀ ਕਿਸ ਤਰ੍ਹਾਂ ਦਾ ਭੂਮਿਕਾ ਇੱਕ ਮੁ슬ਮਾਨ ਨੰਗਰੇ ਲਾਗੋ ਉਹਨੂੰ ਪਤਾ ਲੱਗਾ ਕਿ ਸ਼ੇਰੇ ਪੰਜਾਬ ਇੱਥੇ ਬੈਠਾ ਹੈ ਤੇ ਲਾਗੋ ਨੰਗ ਕੇ ਕਹਿੰਦਾ ਹੈ ਕਿ ਜੇ ਅੱਜ ਇਸ ਜਗ੍ਹਾ ਤੇ ਕੋਈ ਮੁ슬ਮਾਨ ਬਾਦਸ਼ਾਹ ਬੈਠਾ ਹੁੰਦਾ ਨਾ ਉਹਨੇ ਮੇਰੀ ਪੜ੍ਹਾਈ ਦਾ ਉਨੇ ਮੇਰੀ ਲਿਖੀ ਹੋਈ ਕੁਰਾਨ ਦਾ ਮੁੱਲ ਪਉਣਾ ਸੀ ਕਿਉਂਕਿ ਉਹ ਆਪਣੇ ਹੱਥ ਦੀ ਕੁਰਾਨ ਲੈ ਕੇ ਲੈ ਕੇ ਆਇਆ ਸੀ ਉਹਨੂੰ ਇਹ ਸੀ ਕਿ ਸ਼ੇਰੇ ਪੰਜਾਬ ਸਿੱਖਾਂ ਦਾ ਰਾਜਾ ਏ ਇਹਨੇ ਸਾਡੀ ਮਦਦ ਨਹੀਂ ਕਰਨੀ ਜਦੋਂ ਨੰਕੇ ਗਿਆ ਸ਼ੇਰੇ ਪੰਜਾਬ ਦੇ ਕੰਨੀ ਕਿਤੇ ਬੋਲ ਪਏ ਗਿਆ ਉਹਨੇ ਖਲਾਰ ਲਿਆ ਆਵਾਜ਼ ਮਾਰੀ ਉਹਨੇ ਆਵਾਜ਼ ਮਾਰੀ ਉਹਨੇ ਆਖਿਆ ਬਾਬਾ ਕੀ ਲੈ ਕੇ ਨੇ ਕਹਿੰਦਾ ਮੈਂ ਕੁਰਾਨ ਲੈ ਕੇ ਲੈ ਕੇ ਆਇਆ ਜਦੋਂ ਨੇ ਕੁਰਾਨ ਖੋਲੀ ਹੱਥੀ ਲਿਖੀ ਸੀ ਅੱਖਰ ਪਰੋ ਪਰੋ ਕੇ ਮੋਤੀਆਂ ਵਾਂਗੂ ਪਰੋ ਪਰੋ ਕੇ ਉਹਨੇ ਲਿਖੇ ਜਦੋਂ ਸ਼ੇਰੇ ਪੰਜਾਬ ਮਹਾਰਾਜ ਜੀ ਸਿੰਘ ਨੇ ਸਿੱਖਾਂ ਦੇ ਜਰਨਲਿਸਟ ਵੇਖਿਆ ਉਹਨੇ ਕੁਰਾਨ ਬੰਦ ਕੀਤੀ ਸ਼ੇਰ ਨੂੰ ਲਈ ਤੇ ਰੱਖ ਕੇ ਕਹਿੰਦਾ ਕਿ ਖਜ਼ਾਨਚੀ ਸਾਹਿਬ ਇਹਦੇ ਵਾਸਤੇ ਸਦਾ ਇਹਨੂੰ ਪੈਨਸ਼ਨ ਲਾ ਦਿਓ ਜੋ ਇਹਨੇ ਇਹ ਕੰਮ ਕੀਤਾ ਇਹ ਧਰਮ ਦਾ ਕਾਰਜ ਦਾ ਇਹਨੂੰ ਸਦਾ ਇਹਦਾ ਬੰਦਾ ਯੋਗਦਾਨ ਦੇ ਦਿਓ ਤੇ ਉੱਥੇ ਜਿਹੜਾ ਖਜ਼ਾਨਚੀ ਸੀ ਉਹ ਕਹਿੰਦਾ ਕਿ ਸ਼ੇਰੇ ਪੰਜਾਬ ਤੁਹਾਡਾ ਤਾਂ ਰਹਿਬਰ ਗੁਰੂ ਗ੍ਰੰਥ ਸਾਹਿਬ ਹੈ ਤੁਸੀਂ ਕਰਾਂ ਤੋਂ ਕੀ ਲੈਣਾ ਤੇ ਉੱਥੇ ਸ਼ੇਰੇ ਪੰਜਾਬ ਨੇ ਵੇਖੋ ਜਰਨੈਲ ਹੁੰਦਿਆਂ ਭੂਮਿਕਾ ਕਿਹੜੀ ਨਭਾਈ ਉੱਥੇ ਸ਼ੇਰੇ ਪੰਜਾਬ ਆਖਦਾ ਹੈ ਕਿ ਮੈਂ ਇਕੱਲਾ ਸਿੱਖਾਂ ਦਾ ਰਾਜਾ ਨਹੀਂ ਮੈਂ ਪੰਜਾਬ ਦਾ ਰਾਜਾ ਇੱਥੇ ਮੁਸਲਮਾਨ ਵੀ ਵੱਸਦਾ ਏ ਹਿੰਦੂ ਵੀ ਵੱਸਦਾ ਏ ਤੇ ਸਿੱਖ ਵੀ ਵੱਸਦਾ ਏ ਜੇ ਇਹ ਕੁਰਾਨ ਲੈ ਕੇ ਆਇਆ ਹੈ ਨਾ ਤੇ ਮੈਂ ਇੱਥੇ ਰਾਜਾ ਮੇਰਾ ਬਣਦਾ ਕਿ ਮੈਂ ਆਪਣੀ ਪ੍ਰਜਾ ਦੇ ਹੱਕ ਦੇ ਵਿੱਚ ਜਾਵਾਂ ਸੋ ਵੇਖੋ ਆ ਜਰਨੈਲ ਹੋਣ ਦਾ باوجود ਉਹਦਾ ਧਰਮਾਪ੍ਰਤੀ ਕਿਹੋ ਜਿਹਾ ਚੁੱਕਾ ਸੀ ਬਿਲਕੁਲ ਸਾਨੂੰ ਇਸ ਗੱਲ ਨੂੰ ਧਿਆਨ ਦੇਣਾ ਚਾਹੀਦਾ ਹੈ ਕਿ ਜਿਸ ਤਰ੍ਹਾਂ ਮਹਾਜਨਜੀਤ ਸਿੰਘ ਦਾ ਜੀਵਨ ਹੈ ਇਹ ਕਾਫੀ ਇੱਕ ਅਜ ਦੇ ਅਜੋਕੇ ਸਮੇਂ ਵਿੱਚ ਇੱਕ ਬਹੁਤ ਵੱਡੀ ਮਿਸਾਲ ਕਾਇਮ ਹੋ ਸਕਦਾ ਹੈ ਕਿ ਕਿਸ ਤਰ੍ਹਾਂ ਰਾਜ ਪਰਬੰਧ ਕਰਨਾ ਚਾਹੀਦਾ ਹੈ ਕਿਸ ਤਰ੍ਹਾਂ ਆਪਣੇ ਪ੍ਰਜਾਦਾ ਹਮੇਸ਼ਾ ਧਿਆਨ ਰੱਖਣਾ ਚਾਹੀਦਾ ਹੈ ਐਸੀ ਮਹਾਜਨਜੀਤ ਸਿੰਘ ਜੀਵਨ ਤੋਂ ਦੇਖ ਸਕਦੇ ਹਾਂ ਸਾਥ ਸੰਗਤ ਜੀ ਆਓ ਆਪਣੀ ਤਰ੍ਹਾਂ ਵਿਚਾਰ ανταਪ ਸੰਕੋਚਨੇ ਆ ਤੇ ਮਨਪੀਰ ਸਿੰਘ ਤੁਸੀਂ ਕੋ ਕਰ ਬਹੁਤ ਬਹੁਤ ਤਨਵਾਦ ਜੀ ਪੁਲਾ ਚੁੱਕਾ ਦੀ ਮਾਫੀ ਦਿਓ ਸਿਸਾਂ ਤੇ ਪਿਆਰ ਸੇ ਫਤਿ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਵੱ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ ਇੱਕ ਨੂਰ ਤੇ ਸਭ जग ਉਪਜਿਆ ਕੌਣ ਪਲੇ ਤਉ ਮੰਦੇ